ਅਲੈਕਮ ਵੈਲਕਮ ਟੂ ਮਾਈ ਚੈਨਲ ਹੁਸੈਨ ਪੰਜਾਬੀ ਵਰਡ ਤੇ ਮੇਰਾ ਨਾਮ ਹੈ ਇਸਲਾਮਉਦਦ। ਮੇਰਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਵੀ ਅਲhamdulillah ਠੀਕ ਠਾਕ ਹਾਂ। ਅੱਜ ਟਿਊਜ਼ਡੇ ਹੈ ਤੇ ਟਿਊਜ਼ਡੇ ਜਿਹੜਾ ਮੈਂ ਤੁਸਾਂ ਨਾਲ ਵਾਅਦਾ ਕੀਤਾ ਕਿ ਮੈਂ ਆਪਣੀ ਲਾਈਫ ਸਟੋਰੀ ਤੁਸਾਂ ਨਾਲ ਸ਼ੇਅਰ ਕਰਾਂਗਾ ਜਿਹਦੇ ਮੈਂ ਤਕਰੀਬਨ 3 파ਟ ਤੋੜ ਦੇ ਨਾਲ ਸ਼ੇਅਰ ਕਰ ਚੁੱਕਿਆ ਤੇ ਅੱਜ ਉਹਦਾ ਚੌਥਾ 파ਟ। ਤੇ ਤੀਜੇ 파ਟ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਰូមਾਨੀਆ ਪੁੱਜ ਗਿਆ ਨਾਲ ਹੋਰ ਬੰਨਿਆ ਨਾਲ ਲੇਕਿਨ ਮਸਲਾ ਇਹ ਹੋਇਆ ਸੀ ਕਿ ਕੱਪੜੇ ਵਾਲਾ ਬੈਗ ਜਿਹੜਾ ਸੀ ਉਹ ਤੁਰਕੇ ਵਿੱਚ ਹੀ ਰਹਿ ਗਿਆ ਸੀ। ਇਹ ਤੁਰਕਿਸ਼ ਜਿਹੜੀ ਅਥਾਰਟੀ ਵਾਲੇ ਬੰਦੇ ਹਨ ਉਹਨਾਂ ਭੇਜੇ ਹੀ ਕੋ ਨਹੀਂ। ਅਗਲਾ 파ਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਨਾ ਕਿ ਅਗਰ ਤੁਸੀਂ ਮੇਰੇ ਚੈਨਲ ਤੇ ਨਾਵੇਂ ਤੇ ਮੇਰੇ ਚੈਨਲ ਕੇ ਸਬਸਕ੍ਰਾਈਬ ਹੋਣ ਤੋਂ ਨਹੀਂ ਕੀਤਾ ਤੇ ਪਹਿਲਾ ਮੇਰੇ ਚੈਨਲ ਕੇ ਸਬਸਕ੍ਰਾਈਬ ਕਰੋ ਤੇ ਨਾਲ ਹੀ ਵੀਡੀਓ ਕੀ ਲਾਈਕ ਕਰੋ ਤੇ ਟੱਲੀ ਵੀ ਲੱਗੇ ਟੱਲੀ ਮਜ਼ਾਕ ਹੈ ਹੁਸੈਨ ਪੰਜਾਬੀ ਵਰਦੀ ਫੈਮਿਲੀ ਦਾ ਹਿਸਾਬ ਮੰਨਜੋ ਤੇ ਚਲੋ ਜੀ ਅਗਲਾ ਪਾਰ ਸ਼ੁਰੂ ਕਰਨੇ ਆ ਤੇ ਜਨਾਬਾਸੀ ਜਿਹੜੇ ਰੂਮਾਨੀਆ ਪਹੁੰਚ ਗਏ ਆ ਤੇ ਉਹਨਾਂ ਦੋਆਂ ਗਰੁੱਪਾਂ ਜਸਾਂ ਕੀ ਡਿਵਾਈਡ ਕੀਤਾ ਇੱਕ ਯੂਰਪ ਵਾਲੇ ਤੇ ਇੱਕ ਯੂਕੇ ਵਾਲੇ ਤੇ ਮੈਂ ਯੂਕੇ ਵਾਲੇ ਗਰੁੱਪ ਵਿੱਚ ਹੋ ਗਿਆ ਉਸ ਬੰਦੇ ਨੇ ਸਾਨੂੰ ਜਨਾਬ ਬਾਹਰ ਆਂਦਾ ਤੇ ਬਾਹਰ ਉਸ ਕੋਲ ਮਿਨੀ ਬੱਸ ਸੀ ਤੇ ਉਹਦੇ ਜ ਅਸੀਂ ਬਹਿ ਗਏ ਆ ਤੇ ਜਨਾਬ ਉਸ ਚਲਾਣੀ ਸ਼ੁਰੂ ਕਰ ਦਿੱਤੀ ਐ ਸਰਦੀ ਕਾਫੀ ਸੀ ਇੰਤਹਾ ਨਹੀਂ ਸਰਦੀ ਸੀ ਰੋਮਾਨੀਆਂ ਬਰਫ ਪੈਣ ਲੱਗੀ ਸੀ ਤੇ ਉਸ ਬੰਦੇ ਨੇ ਜਨਾਬ ਗੱਡੀ ਚਲਾਣੀ ਸ਼ੁਰੂ ਕੀਤੀ ਤੇ ਥੋੜੀ ਦੇਰ ਬਾਅਦ ਆਸਾਂ ਕੀ ਹੋ ਸੀ ਕੋਨਾ ਰਹੀ ਜਿੱਲੇ ਗੱਡੀ ਗਰਮ ਹੋਈ ਨਾ ਤੇ ਇਕ ਤਾਂ ਥੱਕੇ ਸਾਂ ਕਿਉਂਕਿ ਟਰੱਕੀ ਵਿੱਚ ਵੀ ਨੀਂਦਰ ਆਈ ਕੋਨੀ ਨਾ ਸੈਣ ਹੋਇਆ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਤੇ ਕੋਈ ਉੱਥੇ ਹੀ ਅਸੀਂ 에어ਪੋਰਟ ਦੇ ਅੰਦਰ ਹੀ ਰਹਿ ਆ 12 ਚਾਈਨਾ ਸ਼ਾਸਕ ਨੇ ਫਿਰ ਅਸੀਂ ਗੱਡੀ 'ਚ ਬੈਠੇ ਆ ਤੇ ਅਸਾਂ ਕੀ ਸਾਰਿਆਂ ਕੀ ਹੋਸ਼ ਹੀ ਕੋਨੀ ਕਿੱਥੇ ਆਵਾਂ ਕਿੱਥੇ ਨਾ ਸਹਿਰੇ ਆ ਜਨਾਬ ਤੇ ਉਸ ਡਰਾਈਵਰ ਨੇ ਤਕਰੀਬਨ 4 ਤੋਂ 5 ਘੰਟੇ ਡਰਾਈਵ ਕੀਤੀ ਹੈ ਤੇ ਜਨਾਬ ਅਸਾਂ ਕੀ ਲੈ ਗਿਆ ਰਮਾਨੀਆ ਨੇ ਇੱਕ ਸ਼ਹਿਰ ਵਿੱਚ ਜਿਹਦਾ ਨਾਂ ਹੈ ਕੰਤਾਸਾ ਤੇ ਉੱਥੇ ਉਹਨਾਂ ਹੋਟਲ ਸੀ ਬੁੱਕ ਕਰਾਇਆ ਅਸਾਂ ਵਾਸਤੇ ਜਨਾਬ ਅਸੀਂ ਉੱਥੇ ਗਏ ਆਂ ਹੋਟਲ 'ਚ ਪਹੁੰਚੇ ਆਂ ਹਰ ਬੰਦੇ ਕੀ ਉਹਨਾਂ ਕਮਰਾ ਦਿੱਤਾ ਜਿਹਦੇ 'ਚ ਦੋ ਜਾਂ ਤਿੰਨ ਬੰਦੇ ਰਹਿ ਸਕਨੇ ਹਨ ਤਾਂ ਮੈਂ ਇੱਕ ਬੰਦੇ ਨਾਲ ਸ਼ੇਅਰ ਕੀਤਾ ਉਹ ਰੂਮ ਉਹ ਵੀ ਬੰਦਾ ਮੇਰੇ ਆ ਰਹੀ ਸੀ ਤੇ ਮੇਰੇ ਉਸ ਨਾਲ ਵਾਲ ਸੇ ਗੱਲਬਾਤ ਥੋੜੀ ਅੰਡਰਸਟੈਂਡਿੰਗ ਅੱਛੀ ਹੋ ਗਈ ਤੇ ਮੈਂ ਉਸ ਬੰਦੇ ਨਾਲ ਆਪਣਾ ਰੂਮ ਸ਼ੇਅਰ ਕੀਤਾ ਜਨਾਬ ਅਸੀਂ ਕਮਰੇ ਚ ਗਏ ਤੇ ਉੱਥੇ ਉਹਨਾਂ ਅੰਡੇ ਉਬਲੇ ਰੱਖੇ ਹਨ ਕਿਉਂਕਿ ਰਾਤ ਦਾ ਟਾਈਮ ਕਾਫੀ ਹੋ ਗਿਆ ਸੀ ਲੇਕਿਨ ਉਹਨਾਂ ਇਹ ਹੈ ਕਿ ਥੋੜਾ ਬਹੁਤ ਖਾਣਾ ਬੰਦਬਸ ਕੀਤਾ ਸੀ ਅਸੀਂ ਜਨਾਬ ਉਹ ਖਾਣਾ ਖਾ ਕੇ ਜਿਹੜੇ ਅੰਡੇ ਰੱਖੇ ਹਨ ਉਹ ਖਾ ਕੇ ਤੇ ਸਹਿਰੇ ਤੇ ਸੋਬਾ ਅਸੀਂ ਉੱਠੇ ਰਾਮ ਨਾਲ ਜਨਾਬ ਨਾਤੇ ਟੋਟੇ ਲਗੇ ਥਲਾ ਖਾਣਾ ਖਾਣ ਵਾਸੀਂ ਤੇ ਥਲਾ ਗਏ ਤੇ ਉਹਨਾਂ ਦਾ ਕਿਚਨ ਹੀ ਬੰਦ ਪਤਾ ਕੀਤਾ ਕਿ ਕਿਚਨ ਬੰਦ ਕਿਉਂ ਹੈ ਖਾਣੇ ਦਾ ਕੀ ਬੰਦੋਬਸਤ ਹੈ ਉਹਨਾਂ ਕਹਾਂ ਜਨਾਬ ਤੁਸੀਂ ਲੇਟ ਹੋ ਗਏ ਹੋ ਇਥੇ ਖਾਣੇ ਨਹੀਂ ਇਹ ਇਹ ਟਾਈਮਿੰਗ ਹੈ ਸਵੇਰ 8:00 ਵਜੇ ਤੇ ਲੈ ਕੇ 11:00 ਵਜੇ ਕਿਚਨ ਖੁੱਲੇਗਾ ਜੇ ਦੁਪਹਿਰ ਹੀ ਖੁੱਲੇਗਾ ਤੇ ਫਿਰ ਸ਼ਾਮੀ ਖੁੱਲੇਗਾ ਅਗਰ ਉਸ ਟਾਈਮ ਤੇ ਤੁਸੀਂ ਲੇਟ ਹੋ ਜਾਨੇ ਤਾਂ ਤੁਹਾਨੂੰ ਖਾਣਾ ਨਹੀਂ ਮਿਲਣ ਲਿਆ ਤੇ ਤੁਸੀਂ ਦੁਪਹਿਰ ਨੇ ਖਾਣੇ ਦਾ ਮੇਕ ਸ਼ੋਰ ਕਰੋ ਕਿ ਟਾਈਮ ਸਿਰ ਪਹੁੰਚੋ ਪਰ ਉਹਨਾਂ ਬੰਦੇ ਅੱਛੇ ਹਨ ਉਹਨਾਂ ਆਖਿਆ ਅਸੀਂ ਤੱਕਨੇ ਅੰਦਰ ਕੋਈ ਕੋਈ ਚੀਜ਼ ਪਈ ਜੇ ਨਹੀਂ ਤਾਂ ਤੁਸੀਂ ਗੇਹੇ ਹੋਣਿਆ ਉਹਨਾਂ ਹੈ ਜੇ ਕੋਈ ਕੋਈ ਬੱਚਿਆ ਕੁਛ ਹੈ ਸੀ ਕੋਈ ਬ੍ਰੈਡ ਸ਼ੈਰ ਜੜੀ ਪਈ ਸੀ ਉਹਨਾਂ ਆ ਸੰਗ ਦਿੱਤੀ ਤੇ ਆ ਸੰ ਉਸਨ ਕੀ ਖਾਕ ਹੈ ਗੁਜ਼ਾਰਾ ਕੀਤਾ ਤੇ ਜਨਾਬ ਤੁਸਾਂ ਕੀ ਦੱਸਿਆ ਕਪੜੇ ਤਾਂ ਹੋ ਰਾਇ ਹੀ ਕੋ ਨਹੀਂ ਸਣ ਜਿਹੜੇ ਪਾਏ ਸਣ ਉਹੀ ਸਣ ਤੇ ਜਨਾਬ ਉਹ ਪਾਏ ਵੀ ਕਾਫੀ ਦਿਨ ਹੋ ਗਏ ਹਨ ਤੇ ਉਥੇ ਜਨਾਬ ਇੱਕ ਬੰਦੇ ਜਿਹੜੇ ਕੋਈ ਮੇਰੀ ਬੋਡੀ ਨਾਲ ਕੱਟਕਾਰ ਦਾ ਬੰਦਾ ਸੀ ਉਸਨੇ ਮਿੰਦ ਕੀਤੀ ਕਿ ਕਪੜੇ ਘੈ ਨਹੀਂ ਚਾ ਦੇ ਉਸ ਜਨਾਬ ਇੱਕ ਸ਼ਲਵਾਰ ਕਮੀਜ਼ ਦਾ ਜੋੜਾ ਮੈਨੂੰ ਦੇ ਦਿੱਤਾ ਉਸਨੇ ਬੜੀ ਮਿਹਰਬਾਨੀ ਉਸ ਆਪਣੇ ਕਪੜੇ ਮੇਂ ਕੀ ਦਿੱਤੇ ਜਨਾਬ ਮੈਂ ਦੋ ਜੋੜੇ ਹੋ ਕੇ ਜੇਲੇ ਦੋ ਜੋੜੇ ਹੋ ਗਏ ਜਨਾਬ ਮੈਂ ਇੱਕ ਕੀ ਧੋਵਾਂ ਇੱਕ ਕੀ ਪਾਲਵਾਂ ਇਸੇ ਤਰ੍ਹਾਂ ਹੀ ਉਹ ਮੈਂ ਅਦਲਾ ਬਦਲੀ ਕਰਕੇ ਉੱਥੇ ਰੋਮਾਨੀਆਂ ਚ ਆਪਣੇ ਦਿਨ ਗੁਜ਼ਾਰੇ ਹਾਰ ਅੱਲਾ ਕੀਤਾ ਤੇ ਉਹ ਤਾਂ ਕੰਮ ਜੋ ਗਿਆ ਫਿਰ ਦੂਸਰੇ ਦਿਨ ਜਨਾਬ ਉਹ ਏਜੰਟ ਨੇ ਬੰਦਾ ਆਇਆ ਜਿਹੜਾ ਉਹ ਹੀ ਗੋਰਾ ਸੀ ਜਿਹੜਾ 에어ਪੋਰਟ ਤੇ ਅਸਾਂ ਕੀ ਨਾਲ ਕਢਾਣੇ ਵਾਸੀ ਜਿਸ ਮੀ ਵਾਦਾ ਕੀਤਾ ਸੀ ਕਿ ਅਸੀਂ ਤੇਰਾ ਬੈਗ ਪਹਛਾ ਦੇਸਾਂ ਉਹ ਆਇਆ ਤੇ ਜਨਾਬ ਉਹ ਨਾ ਫੋਨ ਅੱਗੇ ਪਿੱਛੇ ਕੀਤੇ ਨਾਲ ਅਸਾਂ ਨਾ ਜਿਹੜਾ ਭੇਜਣਾ ਲਾ ਸੀ ਪਾਕਿਸਤਾਨ ਨਾ ਬੰਦਾ ਉਸ ਬੰਦੇ ਨਾਲ ਗੱਲ ਕਰਾਈ ਤੇ ਗੱਲ ਕਰਨ ਤੋਂ ਬਾਅਦ ਉਸ ਆਖਿਆ ਇਸ ਬੰਦੇ ਕੀ ਜਿਹੜੇ ਮੈਂ ਤੁਸਾਂ ਕੀ ਡਾਲਰ ਦਿੱਤੇ ਹਨ ਸਾਰਿਆਂ ਕੀ ਥੋੜੇ ਥੋੜੇ ਉਹ ਇਸ ਬੰਦੇ ਕੀ ਦੇ ਛੋੜੇ ਇਹ ਬੰਦਾ ਅਗੋਂ ਤੁਸਾਂ ਨਾਲ ਕੰਮ ਕਰ ਸੀ ਆਸਾ ਜਨਾਬ ਸਾਰਿਆਂ ਪੈਸੇ ਉਸ ਬੰਦੇ ਕੀ ਦੇ ਛੋੜੇ ਤੇ ਉਹ ਬੰਦਾ ਲੱਖਾਂ ਪੈਸੇ ਟੁਰ ਗਿਆ ਉਸ ਆਖਿਆ ਵੀ ਅਸੀਂ ਕੋਈ ਦਿਨਾਂ ਤੋਂ ਨਹੀਂ ਤੁਸਾਨਾ ਰੱਬ ਤਾਂ ਕੈਮ ਕਰਸਾ ਤੇ ਜਨਾਬ ਨਾਲ ਹੀ ਅਸਾਂ ਪੁੱਛਿਆ ਉਸ ਬੰਦੇ ਕੋਲ ਨਾਲ ਆਪਣਾ ਵੀ ਇੱਕ ਬੰਦਾ ਹੈ ਸੀ ਉਸ ਕੋ ਪੁੱਛਿਆ ਵੀ ਇਥੇ ਖਾਣਾ ਲਾਲ ਹੈ ਜਾਂ ਕੇਸ ਆਉਂਦਾ ਹੈ ਉਸ ਆਖਿਆ ਵੀ ਇਹ ਖਾਣਾ ਲਾਲ ਹੈ ਅਸੀਂ ਗਰੰਟੀ ਦਿੰਨੇ ਆ ਤੁਸੀਂ ਖਾਓ ਬੇਫਿਕਰ ਹੋ ਕੇ ਤੇ ਨਾਲ ਉਸ ਇਹ ਵੀ مشورہ ਦਿੱਤਾ ਕਿ ਬਾਹਰ ਜਾਣੇ ਨੀ کوشش ਨਾ ਕਰੇ ਕਿਉਂਕਿ ਤੁਸੀਂ ਅਗਰ ਬਾਹਰ ਜਾਸੋ ਤੇ ਇੱਥੇ ਬੰਦੇ ਬੜੇ ਡੇਂਜਰਸ ਹਨ ਇਹ ਨਾ ਵਾ ਕਿ ਤੁਸਾਂ ਨਾਲ ਕੋਈ ਆਰਸਾ ਹੋ ਜਾਏ ਕਿਉਂਕਿ ਥੋੜਾ ਮੋਲਕ ਜਿਹੜਾ ਨਾ ਇਹ ਏਰੀਆ ਗਰੀਬ ਹੈ ਤੇ ਇਸ ਵਾਸੀ ਇੱਥੇ ਬੰਦੇ ਦਾ ਨਾਲ ਤੁਸਾਂ ਨੇ ਇਹ ਨਾ ਵਾ ਕਿ ਕਪੜੇ ਵੀ ਲਾਕ ਲੈ ਜਾਇਂ ਹਰ ਮੈਂ ਤਾਂ ਬਾਹਰ ਨਿਕਲੀ ਕੋ ਨਾ ਮੈਂ ਤਾਂ ਕਮਰੇਚ ਕਮਰੇਚ ਖਾਣਾ ਖਾਣ ਜਾਣਾ ਜਨਾਬ ਖਾ ਖਾ ਕੇ ਮੈਂ ਚੰਗਾ ਗੋਲ ਮਟੋਲ ਉਠਾ ਹੋ ਗਿਆ ਕੋਈ ਜਿਹੜੇ ਕੋਈ 4-5 ਦਿਨ ਰਿਹਾ ਨਾ ਉਥੇ ਮੈਂ ਚੰਗਾ ਲਬਾਗ ਹੈ ਖਾਦਾ ਤੇ ਚੰਗਾ ਗੋਲ ਮੋਲ ਹੋਇਆ ਸਾਂ ਮੈਂ ਜ਼ਿਆਦਾ ਜ਼ਿਆਦਾ ਕਮਰੇਚ ਕਮਰੇਚ ਉਥੇ ਜਾਣਾ ਜਾਂ ਕਿਸੇ ਵਲੇ ਥਲੇ ਜਿਹੜੀ ਲਾਂਚ ਵਿੱਚ ਰਿਸੈਪਸ਼ਨ ਸੀ ਉਹਨਾਂ ਨੇ ਉੱਥੇ ਕੋ ਥੋੜਾ ਬਹੁਤ ਟੀਵੀ ਕੇ ਸਹਿਵਲਾ ਥੋੜਾ ਜਿਹਾ ਤਾਕਤ ਹੈ ਉਹ ਵੀ ਉੱਪਰ ਆ ਜਾਣਾ ਕਿਉਂਕਿ ਸਰਦੀ ਬੜੀ ਸੀ ਉਹਨਾਂ ਕੋਈ ਹੀਟਿੰਗ ਦਾ ਸਿਸਟਮ ਐਟ ਐਸੇ ਹੀ ਸੀ ਲੇਕਿਨ ਅਸੀਂ ਸ਼ਾਇਦ ਨਵੇਂ ਸਾਂ ਜਾਂ ਮੈਂ ਨਵਾਂ ਸਾਂ ਉੱਥੇ ਤਾਂ ਮੈਨੂੰ ਥੋੜੀ ਜਾਂ ਸਾਰਿਆਂ ਕੀ ਅਸਾਂ ਕੀ ਸਰਦੀ ਕਾਫੀ ਲੱਗਣੀ ਸੀ ਉੱਥੇ ਤੇ ਜਨਾਬ ਅਸਾਂ ਇਸ ਤਰ੍ਹਾਂ ਦਿਨ ਉੱਥੇ ਕੱਢੇ ਹੈ ਬੜੇ ਆਰਾਮ ਨਾਲ ਕੋਈ ਖਾਣੇ ਪੀਣੇ ਨਾਲ मसले ही कौन सी अंदर जड़ा होटल सी वदिया सी साफ सुथरा रहने उपे ते जनाब असा कि उन्हें आख्या कुछ दिन बाद आवांगे तो फिर तसागे कि के, के अस करना अगला लायामल ते जनाब असा जेला कि उत्तर रहने कुछ अरसा हो गया ਇੱਕ ਦਿਨ ਉਹ ਮੁਰੇ ਜਿਹੜੇ ਦੂਸਰੇ ਸਨ ਉਹ ਅੱਗੇ ਪਿੱਛੇ ਜਾਂਦੇ ਹਨ ਥੱਲੇ ਵੀ ਬੈਨੇ ਹਨ ਤੇ ਉਹਨਾਂ ਨੇ ਤੁਸਾਂ ਨੂੰ ਦੱਸਿਆ ਕਿ ਇੰਗਲਿਸ਼ ਮੇਰੇ ਨਾਲ ਕਾਫੀ ਅੱਛੀ ਸੀ ਤੇ ਉਹ ਦੇ ਲੈ ਇੱਕ ਦਿਨ ਗਏ ਨਾ ਥੱਲੇ ਤੇ ਉਹਨਾਂ ਰਿਸੈਪਸ਼ਨ ਵਾਲੀ ਕੁੜੀ ਜਿਹੜੀ ਉੱਥੇ ਹੈ ਉਹਨਾਂ ਨੇ ਐ ਸੀ ਕਾਊਂਟਰ ਤੇ ਉਹ ਕਹਿੰਦੇ ਆ ਕਿ ਤੁਹਾਡਾ ਅੱਜ ਇੱਥੇ ਆਖਰੀ ਦਿਨ ਹੈ ਤੇ ਤੁਸਾਂ ਅੱਜ ਇੱਥੋਂ ਟੁਰ ਜਾਣਾ ਯਾ ਅੱਜ ਸ਼ਾਮ ਮੇ ਟੋਰ ਜਾਓਗੇ ਯਾ ਸਵੇਰ ਟੋਰ ਜਾਓਗੇ ਥੂੰ ਤੋਂ ਸਾਂ ਟੋਰ ਜਾਣਾ ਓ ਜਨਾਬ ਬੰਦਾ ਦੌੜ ਨਾ ਆਇਆ ਪਰ ਸਾਨੂੰ ਆ ਕੇ ਦੱਸਣਾ ਕਿ ਮੇਰੀ ਥੱਲੇ ਹੁਣੀ ਗੱਲ ਹੋਈ ਏ ਅਸਾਂ ਨੇ ਏਜੰਟ ਇਨਾਂ ਨੂੰ ਫੋਨ ਕੀਤਾ ਕਿ ਅਸਾਂ ਨੇ ਜਿਹੜੀ ਬੁਕਿੰਗ ਜਿਹੜੀ ਹੋਰ ਹੋਈ ਹੈ ਨਾ ਉਹ ਕੈਨਸਲ ਕਰ ਛੜੋ ਤੇ ਇਨਾਂ ਬੰਨਿਆ ਅੱਜ ਥੂੰ ਟੋਰ ਜਾਣਾ ਕਿਉਂਕਿ ਉਹਨਾਂ ਸਾਫ ਕਤਾਬ ਇਨਾਂ ਨਾਲ ਕਰ ਲਿਆ ਜਾਂ ਜਿਹੜਾ ਖਾਤਾ ਸੀ ਉਹਨਾਂ ਬੰਦ ਕਰ ਛੜਿਆ ਨਾਨਾ ਤੇ ਜਨਾਬ ਉਹ ਹੀ ਕੰਮ ਹੋਇਆ ਦੂਸਰੀ ਸੁਬਾ ਉਹ ਬੰਦਾ ਜਿਹੜਾ ਉਹ ਹੀ ਡਰਾਈਵਰ ਜਿਹੜਾ ਅਸਾਂ ਕੀ ਲੈ ਕੇ ਆਇਆ ਸੀ ਉਥੋਂ 에어ਪੋਰਟੋਂ ਉਹ ਹੀ ਡਰਾਈਵਰ ਤੇ ਨਾਲ ਉਹ ਗੋਰਾ ਲੰਮਾ ਉੱਚਾ ਚੰਗਾ ਗੋਰਾ ਨਾਲ ਆਪਣੀ ਪ੍ਰਾਡੋ ਲਈ ਉਹ ਵੀ ਬਾਹਰ ਆ ਗਿਆ ਤੇ ਉਹਨਾਂ ਆ ਕੇ ਇਹਨਾਂ ਮੁੜਿਆਂ ਨਾਲ ਗੱਲ ਕੀਤੀ ਸਾਰੇ ਨੂੰ ਬੁਲਾਇਆ ਉਹਨਾਂ ਕੇ ਸਮਝਾਇਆ ਉਸਕੇ ਅਸੀਂ ਅਸੀਂ ਜਾ ਰਹੇ ਹਾਂ ਉਹਨ ਏਅਰਪੋਰਟ ਤੇ ਤੁਸੀਂ ਸਾਰੇ ਆਪਣੀ ਤਿਆਰੀ ਕਰ ਲਓ ਖੈਰ ਮੁੜਿਆ ਆਪਣੇ ਆਪਣੇ ਉਹਨਾਂ ਚੀਜ਼ਾਂ ਸੰਭਾਲ ਲੀਆਂ ਮੇਰੇ ਕੋਲ ਸੰਭਾਲਣ ਵਾਲੀ ਚੀਜ਼ ਹੀ ਕੋਈ ਕਪੜੇ ਇੱਕ ਜੋੜਾ ਸੀ ਕਪੜਿਆਂ ਨਾਲ ਝੁੱਗੇ ਜੂ ਉਹ ਜਨਾਬ ਮੈਂ ਪਲੇਟੇ ਉਪਲੋਟਿਆ ਤੇ ਉਹ ਮੈਂ ਵੀ ਤਿਆਰੀ ਕਰਕੇ ਜਨਾਬ ਥੱਲੇ ਗੱਡੀ ਵਿੱਚ ਬਹਿ ਗਿਆ ਉਸੇ ਜੀ ਤੇ ਜਨਾਬ ਉਹਨਾਂ ਆਪੇ ਕੋਈ ਗੱਲਬਾਤ ਕੀਤੀ ਕਿ ਅਸੀਂ ਫਲਾਣੀ ਜਗ੍ਹਾ ਤੇ ਮਿਲਾਂਗੇ ਉਸੇ 에어ਪੋਰਟ ਬੁਹਾਰਸ 에어ਪੋਰਟ ਦਾ ਨਾਂ ਸੀ ਉੱਥੇ ਮਿਲਾਂਗੇ ਜਨਾਬ ਜਨਾਬ ਉਹ ਅਸਾਂ ਕੀ ਲੈ ਕੇ ਬੁਹਾਰਸ 에어ਪੋਰਟ ਦਰ ਤੁਰਪਿਆ ਤੇ ਐਸੀ ਮੇਰਾ ਪਾਰਟ 4 ਉਮੀਦ ਹੈ ਕਿ ਤੁਸਾਂ ਕੀ ਅੱਛਾ ਲੱਗਾ ਹੋਣਾ ਤੇ ਪਸੰਦ ਵੀ ਆਵੇਗਾ ਮੀਰ ਕਰਨਾ तो जे तुस की मेरी ये स्टोरी अच्छी लगनी है तो प्लीज़ मेरे चैनल की सब्सक्राइब करो तो वीडियो की लाइक करो तो नाल ही टली है टली बजा के हुसैन पंजाबी वर्ड की फैमिली का हिस्सा बन जो मिलने आ, अपने अगले पाठ नाल इनशाला अगले ट्यूजडे खुदाफे